ਪੁਰਾਣੇ ਦੌਰ 'ਚ ਚੰਗੇ ਗਾਣੇ ਹੁੰਦੇ ਸੀ, ਹੁਣ ਗੰਦੇ ਗਾਣੇ ਆ ਗਏ। ਪਹਿਲੇ ਦੇ ਗਾਣੇ ਸੀ ਆਏ ਮੌਸਮ ਰੰਗੀਲੇ ਸੁਹਾਣੇ, ਉਹ ਜੀਆ ਨਹੀਂ ਮਾਨੇ ਤੂੰ ਛੁੱਟੀ ਲੈ ਕੇ ਆ ਜਾ ਬਲਮਾ, ਤੇ ਹੁਣ ਗੰਦੇ ਗਾਣੇ ਆ ਗਏ ਜ਼ਰਾ ਜ਼ਰਾ ਟੱਚ ਮੀ ਟੱਚ ਮੀ ਟੱਚ ਮੀ, ਉਹ ਜ਼ਰਾ ਜ਼ਰਾ ਕਿਸ ਮੀ ਕਿਸ ਮੀ ਕਿਸ ਮੀ। ਮਾਈ ਨੇਮ ਇਜ਼ ਸ਼ੀਲਾ, ਸ਼ੀਲਾ ਕੀ ਜਵਾਨੀ। ਤੁਹਾਡੀਆਂ ਮਹਿਫਲਾਂ ਬੰਦ ਹੋਈਆਂ, ਤੁਹਾਡੇ ਸਾਊਂਡ ਸਿਸਟਮ ਬੰਦ ਹੋਏ, ਤੁਹਾਡੇ ਲੰਗਰ ਬੰਦ ਹੋਏ, ਤੁਹਾਡੇ ਖਾਬੇ ਬੰਦ ਹੋਏ, ਤੁਹਾਡੇ ਹਲਵੇ ਬੰਦ ਹੋਏ। ਇਸ ਸਾਰੀ ਚੀਜ਼ ਦਾ ਜ਼ਿੰਮੇਦਾਰ ਕੌਣ ਹੈ? ਸਾਨੂੰ ਘਰਾਂ 'ਚ ਬਾਤ ਆ, ਪੰਜ ਜੁਵੇਂ ਮੈਨੂੰ ਘਰ ਪੜਾਉਣੇ ਪਏ, ਮੈਂ ਘਰ ਬਹਿ ਕੇ ਇਕੱਲੇ ਨੇ ਜੁਵਾਂ ਪੜਿਆ। ਜਿਹਨੂੰ ਚੁੱਕ ਪੈ ਜੇ ਮੀਆਂ ਸਾਹਿਬ ਫਰਮਾਉਂਦੇ ਨੇ, ਬੁੱਢੇ ਵਾਰੇ ਪੀੜ ਨਿਕਲੀ ਲੋਕੀ ਆਖਣ ਚੁੱਕ, ਅਸਲੀ ਗੱਲ ਸ਼ਾਮੀ ਯਾਰਾ ਗੱਲ ਅੰਦਰੋਂ ਗਈ ਏ ਮੁੱਕ। ਲੈਂਡ ਕਰੂਜ਼ਰ V8 TXT Z, ਫਾਰਚੂਨਰ BMW 4 Ringo, DLTS ਕਲਟਸ ਲਿਆਣਾ, FX 33 ਜਨਾਬ ਜੀ। ਦਿੱਲੀ ਤੋਂ ਬੜੀ ਸਿਆਣੀ ਥੀ, ਚੂਹੋ ਕੀ ਸ਼ਾਮਤ ਆਣੀ ਥੀ, ਫੌਰਨ ਉਹਨੇ ਪਹਿਚਾਣ ਗਈ, ਫਿਰ ਬਿੱਲੀ ਨੇ ਖਾਈ ਡਿੰਗ ਡੋਂਗ। ਮਾਈ ਨੇਮ ਇਜ਼ ਸ਼ੀਲਾ, ਸ਼ੀਲਾ ਕੀ ਜਵਾਨੀ। ਹੈ ਦੋ ਮਸ਼ਹੂਰੀਆਂ ਦਾ ਇੰਤਜ਼ਾਜ ਕੈਸਾ ਲੱਗਾ ਤੁਹਾਨੂੰ? ਮੈਨੂੰ ਜਨਾਬ ਵਾਲਾ ਬਿੱਲੀ ਵਾਲੀ ਸਿਰਫ ਲੱਗਦੀ ਹੈ, ਦੂਸਰੀ ਤੇ ਮੈਂ ਗੱਲ ਕਰਾਂ ਸ਼ਾਮੀ ਮੈਨੂੰ ਮਾਰ ਨਾ ਪਵਾ ਦੇਵੀਂ। ਅਸਲਾਮੁ ਅਲੈਕੁਮ ਨਾਜ਼ਰੀਨ, ਤੁਹਾਡਾ ਮੇਜ਼ਬਾਨ ਯਾਸਰ ਸ਼ਾਮੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ, ਅਤੇ ਤੁਸੀਂ ਵੇਖਦੇ ਪਏ ਹੋ ਡੇਲੀ ਪਾਕਿਸਤਾਨ। ਅੱਜ ਮੇਰੇ ਚੰਨ, ਅੱਜ ਮੇਰੇ ਮੱਖਣ, ਅੱਜ ਮੇਰੇ ਮਹਿਮਾਨ ਆਸਰ ਮਦਨੀ। ਡੇਲੀ ਪਾਕਿਸਤਾਨ ਦੀ ਜ਼ੀਨਤ ਬਣੇ ਨੇ, ਮਟਨ ਪਸੰਦ ਹੈ, ਬੀਫ ਪਸੰਦ ਹੈ, ਵੱਡਾ ਗੋਸ਼ਤ ਪਸੰਦ ਹੈ, ਮਨਚੂਰੀਅਨ ਪਸੰਦ ਹੈ, ਉਹ ਚਾਈਨੀਜ਼ ਪਸੰਦ ਨੇ, ਇਟਾਲੀਅਨ ਪਸੰਦ ਨੇ, ਥਾਈ ਪਸੰਦ ਹੈ, ਜਾਂ ਤੁਸੀਂ ਦੇਸੀ ਕੁੱਕੜ ਖਾਂਦੇ ਹੋ? ਟਿੱਕਾ ਬੋਟੀ, ਮਲਾਈ ਬੋਟੀ, ਸ਼ਵਾਰਮਾ ਬਰਗਰ, ਉਹ ਮੇਰਾ ਚੰਨ, ਦੇਸੀ ਘਿਓ ਬਾਟਲਿਆਂ ਦੀ ਕੜਾਈ ਬੜੀ ਪਸੰਦ ਹੈ। ਤੁਸੀਂ ਅਮਰੀਕਾ ਵੀ ਗਏ ਹੋ, ਕੈਨੇਡਾ ਵੀ ਗਏ ਹੋ, ਕਿਹੜੇ ਮੁਲਕ ਦੀ ਕੁੜੀ ਸਭ ਤੋਂ ਸੋਹਣੀ ਲੱਗੀ? ਚਾਮੀ ਸਾਹਿਬ ਬੜਾ ਖਤਰਨਾਕ ਸਵਾਲ ਕਰਦੇ ਹੋ, ਮਗਰ ਮੇਰਾ ਚੰਨ ਸਭੀ ਮੇਰੀਆਂ ਭੈਣਾਂ ਨੇ। ਅੱਜ ਕੱਲ੍ਹ ਬੜੀਆਂ ਕੁੜੀਆਂ ਨੇ ਬਿਊਟੀ ਪਾਰਲਰਾਂ 'ਚ ਜਾਂਦੀਆਂ ਨੇ, ਆਈਲਾਈਨਰ ਲਾਉਂਦੀਆਂ ਨੇ, ਮਸਕਾਰਾ ਲਾਉਂਦੀਆਂ ਨੇ, ਮਿਡੋਰਾ ਦੀ ਸੁਰਖੀ ਲਾਉਂਦੀਆਂ ਨੇ, ਮੇਕਅਪ ਕਰਦੀਆਂ ਨੇ, ਬੇਸ ਲਾਉਂਦੀਆਂ ਨੇ। ਇਹਨਾਂ ਕੁੜੀਆਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਜਦੋਂ ਮੂੰਹ ਧੋਂਦੀਆਂ ਨੇ, ਉਹਦੇ ਤੋਂ ਬਾਅਦ ਉਹਨਾਂ ਦਾ ਆਪਣਾ ਬੰਦਾ ਡਰ ਜਾਂਦਾ ਅਤੇ ਕਹਿੰਦਾ ਭੈਣਾ ਤੁਹਾਨੂੰ ਕਿਤੇ ਵੇਖਿਆ ਏ? ਐਵੇਂ ਦੀ ਔਰਤਾਂ ਦੇ ਬਾਰੇ ਕੀ ਕਹੋਗੇ? ਇਹ ਪਰਵੱਟੇ ਬਨਵਾਉਣਾ ਸਾਡੇ ਇਸਲਾਮ 'ਚ ਜਾਇਜ਼ ਏ ਕਿ ਨਜਾਇਜ਼ ਏ? ਗੁਲਸ਼ਾਮੀ ਸਾਹਿਬ, ਮੁਸਲਮਾਨ ਨੂੰ ਡਰੋ ਖੁਦਾ ਦੇ ਕਹਿਰ ਤੋਂ, ਐਸੀਆਂ ਔਰਤਾਂ ਨੂੰ ਮੌਲਵੀਆਂ ਪਸੰਦ ਕੀਤਾ ਹੈ, ਨਾ ਸ਼ਾਮੀ ਵਰਗੇ ਸਿਆਫੀਆਂ ਪਸੰਦ ਕੀਤਾ ਹੈ। ਤੁਸੀਂ ਅੱਡੇ ਗੋਰੇ ਚਿੱਟੇ ਹੋ, ਮੇਰੇ ਮੱਖਣ ਹੋ, ਮੇਰੇ ਚੰਨ ਹੋ, ਮੇਰੀ ਮਲਾਈ ਹੋ, ਮੇਰੇ ਦਹੀਂ ਹੋ, ਤੁਸੀਂ ਲਾਜਵਾਬ ਹੋ, ਕਿਹੜੀ ਫਾਇਜ਼ਾ ਕਰੀਮ ਲਾਉਂਦੇ ਹੋ? ਫੈਰਨ ਲਵਲੀ ਲਾਉਂਦੇ ਹੋ ਜਾਂ ਗੋਲਡਨ ਪਰਲ ਲਾਉਂਦੇ ਹੋ? ਕਿਹੜੀ ਕਰੀਮ ਦੀ ਗੱਲ ਕਰਨਾ ਹੈ? ਮੇਰੇ ਪੈਰ ਵੀ ਚਿੱਟੇ, ਹੱਥ ਵੀ ਚਿੱਟੇ ਨੇ, ਮੇਰਾ ਮੂੰਹ ਵੀ ਚਿੱਟਾ ਹੈ, ਸਾਰੀ ਕਰੀਮ ਮੈਨੂੰ ਅੱਲਾ ਨੇ ਲਾਈ ਏ। ਮਦਨੀ ਸਾਹਿਬ, ਲੋਕ ਕਹਿੰਦੇ ਨੇ ਕਿ ਗੱਡੀ ਟਾਇਰਾਂ ਤੋਂ ਤੇ ਕੁੜੀ ਪੈਰਾਂ ਤੋਂ ਪਛਾਣੀ ਜਾਂਦੀ ਹੈ, ਐਸ ਅਕਵਾਲੇ ਜ਼ਰੀ ਨੂੰ ਤੁਸੀਂ ਕੋਈ ਥੋੜ੍ਹੀ ਜਿਹੀ ਰੋਸ਼ਨੀ ਪਾਓ? ਬਸ ਫਿਰ ਮੈਂ ਉਹਨਾਂ ਚੰਨਾਂ ਨੂੰ ਇਹੋ ਹੀ ਕਵਾਂਗਾ, ਜਿਹੜੇ ਕਿਸੇ ਦੇ ਪੈਰਾਂ ਵੱਲ ਵੇਂਦੇ ਨੇ ਉਹ ਸਾਰੀ ਉਮਰ ਪੈਰਾਂ 'ਚ ਹੀ ਰਹਿੰਦੇ ਨੇ, ਜਿਹੜੇ ਲੋਕ ਸਾਰੀ ਜ਼ਿੰਦਗੀ ਲੋਕਾਂ ਦਾ ਕਰਦਾਰ ਵੇਂਦੇ ਨੇ, ਫਿਰ ਲੋਕ ਸਾਰੀ ਜ਼ਿੰਦਗੀ ਉਹਨਾਂ ਦੀ ਚਾਲ ਹੀ ਵੇਖਦੇ ਰਹਿੰਦੇ ਨੇ। ਅੱਜ ਕੱਲ੍ਹ ਦੀ ਫੈਸ਼ਨ ਲੇਬਲ ਕੁੜੀਆਂ ਜਿਹੜੀਆਂ ਵੱਡੀਆਂ ਹੀਲਾਂ ਪਾਉਂਦੀਆਂ, ਉਹਨਾਂ ਦੀ ਕੋਈ ਡਿਮਾਂਡ ਹੋਵੇ, ਸੱਸ ਚੰਗੀ ਹੋਵੇ ਜਾਂ ਉਹਦੀ ਤਸਵੀਰ ਟੰਗੀ ਹੋਵੇ, ਕੀ ਕਹਿੰਦੇ ਹੋ? ਜਦੋਂ ਸੱਸ ਕਿਸੇ ਦੀ ਬੇਟੀ ਨਾਲ ਜ਼ੁਲਮ ਕਰਦੀ ਏ ਤੇ ਪਹਿਲੇ ਇਹ ਵੇਖੇ ਮੈਂ ਵੀ ਕਿਸੇ ਦਿਨ ਕਿਸੇ ਦੀ ਬਹੂ ਸਾਂ। ਮਦਨੀ ਸਾਹਿਬ, ਇੱਕ ਸੱਸ ਨੂੰ ਪਤਾ ਚੱਲਿਆ ਉਹਦੀ ਬਹੂ ਦਾ ਕਿਸੇ ਦੇ ਨਾਲ ਅਫੇਅਰ ਏ, ਪਰ ਉਹ ਚੁੱਪ ਰਹੀ ਕਿਉਂਕਿ ਸੱਸ ਵੀ ਕਦੀ ਬਹੂ ਥੀ, ਕੀ ਕਹੋਗੇ? ਬਿਲਕੁਲ, ਉਹ ਸੱਸ ਨੇ ਬੜਾ ਸੋਹਣਾ ਕਰਦਾਰ ਅਦਾ ਕੀਤਾ, ਜਿਹੜਾ ਕਿਸੇ ਦੇ ਐਪ ਤੇ ਪਰਦਾ ਪਾਉਂਦਾ ਹੈ, ਅੱਲਾ ਕਿਆਮਤ ਨੂੰ ਉਹਦੇ ਐਬਾਂ ਤੇ ਪਰਦਾ ਪਾਏਗਾ, ਸੱਸ ਬਹੂ ਦੇ ਐਬ ਨੂੰ ਛੁਪਾ ਜਾਏ, ਅੱਲਾ ਉਹਨੂੰ ਉੱਚੀਆਂ ਕਰ ਦੇਵੇਗਾ। ਪੁਰਾਣੇ ਦੌਰ 'ਚ ਚੰਗੇ ਗਾਣੇ ਹੁੰਦੇ ਸੀ, ਹੁਣ ਗੰਦੇ ਗਾਣੇ ਆ ਗਏ। ਪਹਿਲੇ ਦੇ ਗਾਣੇ ਸੀ ਆਏ ਮੌਸਮ ਰੰਗੀਲੇ ਸੁਹਾਣੇ, ਉਹ ਜੀਆ ਨਹੀਂ ਮਾਨੇ ਤੂੰ ਛੁੱਟੀ ਲੈ ਕੇ ਆ ਜਾ ਬਲਮਾ, ਤੇ ਹੁਣ ਗੰਦੇ ਗਾਣੇ ਆ ਗਏ ਜ਼ਰਾ ਜ਼ਰਾ ਟੱਚ ਮੀ ਟੱਚ ਮੀ ਟੱਚ ਮੀ, ਉਹ ਜ਼ਰਾ ਜ਼ਰਾ ਕਿਸ ਮੀ ਕਿਸ ਮੀ ਕਿਸ ਮੀ। ਮਾਈ
नेम इज शीला, शीला की जवानी। पुराने दौर दे गाने चंगे सी या हुन दे गाने चंगे ने? वो जो मलका तरन्नम ने कहा था, ए पुत्र हटा ते नहीं वेक दे, तू लभदी फिरे बाजार कुड़े, वे मेरे टोल सपाइया तेनू रब दिया रखा। ये ऐसे लफज हैं जो हर मुआशरे के आदमी ने एक्सेप्ट कर लिए। जबान से लफज ऐसा बोलो कि लोग आपको कॉपी करें। मदनी साहब, आपकी जिंदगी में बहुत से लोग आए होंगे, आपको कभी जवानी में प्यार हुआ होगा, हमारी उस भाभी का नाम बताएं जो आपकी बन ना सकी। मैं इस पीरियड से गुजरा ही नहीं, मैं इस पीरियड से गुजरा ही नहीं, नहीं तो मेरा चन उन चक्रों में पड़ता तो आज मैं यह सरशामी के पास ना बैठा होता। आप इन चक्रों में क्यों नहीं पड़े? आपको मौका नहीं मिला, आपको दस्तूर नहीं मिला, या आपको जगह नहीं मिली? बस मेरे अल्लाह ने मेरा चन मेनू बचा के रखा है, मैं पढ़ता रहना लाहौल वाला कुआ था इला बिल्ला। ओ बोलो तो सही। वो मेरा चन मंगया ही नहीं, बोलन जोगा छड़िया ही नहीं। इमरान खान साहब की बड़ी सोहनी हुकूमत चलती पई है, नवाज शरीफ साहब की भी चलती पई सी, जरदारी साहब की भी चलती पई सी, तीनों हुकूमत चो तुहानू सब तो मजा किंदा आया? मेरा चन सानू कोई हुकूमत का मजा नहीं आया। 6 महीने हो गए मौलवी घरों खा रहे ने, कोरोना मौलवियों नू लै के बह गया, हुकूमत ने एक पैकेज का ऐलान नहीं किया साडे लई। ਤੁਹਾਡੀਆਂ ਮਹਿਫਲਾਂ ਬੰਦ ਹੋਈਆਂ, ਤੁਹਾਡੇ ਸਾਊਂਡ ਸਿਸਟਮ ਬੰਦ ਹੋਏ, ਤੁਹਾਡੇ ਲੰਗਰ ਬੰਦ ਹੋਏ, ਤੁਹਾਡੇ ਖਾਬੇ ਬੰਦ ਹੋਏ, ਤੁਹਾਡੇ ਹਲਵੇ ਬੰਦ ਹੋਏ, ਇਸ ਸਾਰੀ ਚੀਜ਼ ਦਾ ਜ਼ਿੰਮੇਦਾਰ ਕੌਣ ਹੈ? ਬਸ ਇਸ ਸਾਰੀ ਚੀਜ਼ ਦਾ ਜ਼ਿੰਮੇਦਾਰ ਵਕਤ ਦਾ ਹਾਕਮ ਹੈ, ਜਿਹਨੇ ਹਰ ਇੱਕ ਲਈ SOPs ਜਾਰੀ ਕੀਤੇ, ਪਰ ਸਾਡੇ ਮੌਲਵੀਆਂ ਵਾਸਤੇ ਜਲਸਿਆਂ ਲਈ ਵੀ SOPs ਜਾਰੀ ਕਰ ਦਿੰਦਾ। ਇਹਦਾ ਕਰੋਨਾ ਵੀ ਚੱਲਦਾ, ਸਾਡਾ ਜਲਸਾ ਵੀ ਚੱਲਦਾ ਰਹਿੰਦਾ, ਪਰ ਇਹਨੇ ਸਾਨੂੰ ਘਰਾਂ 'ਚ ਬਾਤਾਂ 5 ਜੁਮੇ ਮੈਨੂੰ ਘਰ ਪੜਾਉਣੇ ਪਏ, ਮੈਂ ਘਰ ਬਹਿ ਕੇ ਇਕੱਲੇ ਨੇ ਜੁਮਾ ਪੜੇ। ਵਾਹ ਵਾਹ ਵਾਹ, ਬੜੀ ਸੋਹਣੀ ਗੱਲ ਕੀਤੀ ਹੈ, ਬੜੀ ਬੈਡ ਲੱਕ ਹੋਈ ਹੈ ਤੁਹਾਡੇ ਨਾਲ। ਮਦਨੀ ਸਾਹਿਬ, ਮੈਨੂੰ ਇੱਕ ਦੱਸੋ ਗੱਲ, ਤੁਸੀਂ ਲਾਹੌਰ ਤੋਂ ਕਰਾਚੀ ਜਾਂਦੇ ਪਏ ਹੋ, ਤੁਹਾਡੇ ਨਾਲ ਜਹਾਜ਼ ਦੀ ਕੋਈ ਸੀਟ ਖਾਲੀ ਹੈ? ਇਮਰਾਨ ਖਾਨ ਬੈਸੀ ਜਾਂ ਨਵਾਜ਼ ਸ਼ਰੀਫ ਬੈਸੀ, ਦੱਸੋ ਕਿਹਦੇ ਨਾਲ ਬਹਿਣਾ ਪਸੰਦ ਕਰੋਗੇ? ਮੈਂ ਇੱਕ ਸੀਟ ਤੋਂ ਉੱਠ ਕੇ ਹੋਰ ਕਿਸੇ ਨਾਲ ਬੈਠ ਜਾਓ, ਇਹਨਾਂ ਦੋਵਾਂ ਨੂੰ ਇਕੱਠਿਆਂ ਬਿਠਾ ਦੇਵਾਂਗਾ। ਤੁਸੀਂ ਸਲੂਕ ਇਤਫਾਕ ਕ੍ਰੀਏਟ ਕਰਵਾਉਣਾ ਚਾਹੁੰਦੇ ਹੋ? ਉਹ ਨੈਬ ਪੈ ਜਾਏਗੀ ਤੁਹਾਨੂੰ, ਫਿਰ ਕੀ ਕਰੋਗੇ? ਮੈਨੂੰ ਚੁੱਕ ਕੇ ਲੈ ਜਾਏਗੀ ਉਹਦੀ ਜਗ੍ਹਾ ਤੇ, ਮੈਂ ਬਹਿ ਜਾਵਾਂਗਾ। ਬਾਜ਼ੂਕਾ ਤਾਂ ਐਵੇਂ ਵੀ ਹੁੰਦਾ, ਜਿਹੜਾ ਤੁਹਾਨੂੰ ਚੁੱਕਦਾ ਉਹਨੂੰ ਅੱਲਾ ਚੁੱਕ ਲੈਂਦਾ, ਜਾਂ ਉਹਨੂੰ ਚੁੱਕ ਪੈ ਜਾਂਦੀ ਹੈ। ਉਸ ਚੁੱਕ ਦੇ ਬਾਰੇ ਕੋਈ ਰੋਸ਼ਨੀ ਪਾਉਣਾ ਚਾਹੋ ਤੇ ਪਾ 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 ਸਕਦੇ ਹੋ? ਬਸ ਜਿਹਨੂੰ ਚੁੱਕ ਪੈ ਜੇ, ਮੀਆਂ ਸਾਹਿਬ ਫਰਮਾਉਂਦੇ ਨੇ, ਬੁੱਢੇ ਵਾਰੇ ਪੀੜ ਨਿਕਲੀ ਲੋਕੀ ਆਖਣ ਚੁੱਕ, ਅਸਲੀ ਗੱਲ ਸ਼ਾਮੀ ਯਾਰਾ ਗੱਲ ਅੰਦਰੋਂ ਗਈ ਏ ਮੁੱਕ। ਸਾਰੇ ਕਹਿੰਦੇ ਚੁੱਕ ਅੰਦਰੋਂ ਗਈ ਏ ਗੱਲ ਮੁੱਕ। ਹਿਲਟਨ ਹੋਟਲ ਦੀ ਗੱਲ ਆਉਂਦੀ ਪਈ ਏ, ਹਿਲਟਨ ਹੋਟਲ ਦੇ ਵਿੱਚ ਸਵੀਮਿੰਗ ਪੂਲ ਵੀ ਏ, ਬੈਡਰੂਮ ਵੀ ਨੇ, ਖੂਬਸੂਰਤ ਲੋਕ ਵੀ ਨੇ, ਖੂਬਸੂਰਤ ਵਾਸ਼ਰੂਮ ਵੀ ਨੇ, ਖੂਬਸੂਰਤ ਕਮੋਡ ਵੀ ਏ, ਮੁਸਲਿਮ ਸ਼ਾਵਰ ਵੀ ਲੱਗਾ, ਪੇਂਟ ਵੀ ਹੋਇਆ, ਸੀਲਿੰਗ ਵੀ ਲੱਗੀ ਏ, ਵੁੱਡ ਦਾ ਕੰਮ ਵੀ ਹੋਇਆ, ਲੈਂਪ ਵੀ ਲੱਗੇ ਨੇ, ਡਿਲੀਸ਼ੀਅਸ ਅਮੈਰੀਕਨ ਖਾਣੇ ਵੀ ਆਏਗੇ, ਰਾਤ ਨੂੰ ਦੇਸੀ ਸੱਜੀ ਵੀ ਆਏਗੀ, ਖੱਬੀ ਵੀ ਆਏਗੀ। ਦੱਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਖਾ ਪੀ ਕੇ ਤੁਹਾਨੂੰ ਕਿਵੇਂ ਦਾ ਲੱਗਿਆ? ਬਸ ਮੇਰਾ ਚੰਨ, ਅੱਜ ਦੀ ਸੇਵਾ ਮੈਂ ਤੇਰੀ ਇੰਜ ਯਾਦ ਰੱਖਾਂਗਾ ਜਿਵੇਂ ਆਪੋਜੀਸ਼ਨ ਨੈਬ ਨੂੰ ਯਾਦ ਰੱਖੇਗੀ। ਮੈਂ ਆਪਣੇ ਸਾਰੇ ਚੰਨਾਂ ਨੂੰ ਕਵਾਂਗਾ, ਲਿਬਰਟੀ ਤੋਂ ਜ਼ਰਾ ਥੋੜ੍ਹਾ ਜਿਹਾ ਕ੍ਰਾਸ ਕਰੀਏ ਅਤੇ ਅੱਗੇ ਬੜੀ ਸੋਹਣੀ ਜਗ੍ਹਾ ਹੁਸੈਨ ਚੌਕ ਦੇ ਨਾਲ ਅਲਫਤਿਹ ਅਤੇ ਸਾਹਮਣੇ ਹਿਲਟਨ ਹੋਟਲ, ਅਤੇ ਮੈਂ ਤੇ ਇਹਦੇ ਵਾਸ਼ਰੂਮ ਵੇਖ ਕੇ ਅਤੇ ਮੈਂ ਇਹਦੇ ਬੈੱਡ ਦੀਆਂ ਚਾਦਰਾਂ ਖੂਬਸੂਰਤ ਵੇਖ ਕੇ ਮੈਨੂੰ ਇੰਝ ਲੱਗਾ ਇੰਨੀ ਸਫਾਈ ਅਤੇ ਹਸਪਤਾਲਾਂ 'ਚ ਨਹੀਂ ਜਿੰਨੀ ਹਿਲਟਨ ਹੋਟਲ 'ਚ। ਇੱਥੇ ਬਿਮਾਰ ਵੀ ਆਉਣ ਅਤੇ ਸਿਹਤਯਾਬ ਹੋ ਕੇ ਜਾਂਦੇ ਨੇ। ਕੋਈ ਐਸਾ ਪੈਗਾਮ ਸਾਡੀ ਆਡੀਅੰਸ ਨੂੰ ਦੇਣਾ ਚਾਹੋ ਤਾਂ ਤੁਸੀਂ ਦੇ ਸਕਦੇ ਹੋ? ਯੂ ਆਰ ਫੀਲ ਫਰੀ ਟੂ ਸੇ ਐਨੀਥਿੰਗ ਐਲਸ। ਬਸ ਮੈਂ ਆਪਣੇ ਸਾਰੇ ਚੰਨਾਂ ਅਤੇ ਮੱਖਣਾਂ ਮਲਾਈਆਂ ਨੂੰ ਕਹਾਂਗਾ, ਸਫ਼ਰ ਜ਼ਰੂਰ ਕਰਿਆ ਜੇ, ਪਰ ਮੋਟਰਵੇ ਨੂੰ ਪਹਿਲੋਂ ਪੁੱਛਿਆ ਜੇ, ਪਲਾਜ਼ਾ ਦੇਣ ਲੱਗਿਆਂ ਕਿ ਅੱਗੇ ਕੋਈ ਪੁਲਿਸ ਵੀ ਹੈ ਕਿ ਨਹੀਂ, ਕਿ ਖਾਲੀ ਪਲਾਜ਼ਾ ਹੀ ਲਈ ਜਾ ਰਹੇ ਜੇ, ਕਿ ਅਸੀਂ ਅੱਗੇ ਜਾ ਕੇ ਲੁੱਟੀ ਜਾਣਾ ਹੈ, ਮਰ ਜਾਣਾ ਹੈ। ਹਰ ਬੰਦਾ ਗੱਡੀ 'ਤੇ ਬਹਿਣ ਲੱਗਿਆਂ, ਲੈਂਡ ਕਰੂਜ਼ਰ VA, TXT, Z, Fortuner, BMW, 4 Ringo, DL, Tuscal, ਲਿਆਉਣਾ,
FX 33 जनाब जी सारियां कट्ठियां करके प्लाजा देन तो पहलों पुछिया जे अगे कोई पुलिस है आके अपनी जिम्मेदारी ते जाना है। चूहों ने मिलकर सोचा ये बिल्ली को देंगे धोखा ये बिल्ली को बांधेंगे घंटी और खाएंगे मिलकर डिंग डोंग। और बिल्ली तो बड़ी सयानी थी चूहों की शामत आनी थी फौरन उन्हें पहचान गई फिर बिल्ली ने खाई डिंग डोंग। माय नेम इज शीला शीला की जवानी है। दो मशहूरियां दा इंतजाज कैसा लगा तानू? मेनू जनाब आला बिल्ली आली सिर्फ लगदी है दूसरी ते मैं गल करा शामी मेनू मार ना पवा देवी। बहुत शुक्रिया सी नासिर मतनी साहब नाल तंजो मजार तो भरपूर इंटरव्यू कीता कुमकुम दियां गल्लां कीतियां स्टार प्लस दियां गल्लां कीतियां इंस्टा दियां गल्लां कीतियां हिल्टन दियां गल्लां कीतियां खान पीन दियां गल्लां कीतियां नाल भी गल्लां कीतियां गल्लां मैं भी कीतियां पर मैं दूजे टैप दा मौलवी आए आए ओ बोलो ते सही नहीं मेरा चन इस मंगियाई ने बोलन जोगा छड्याई नहीं मेरा चन मेरी मन तू इत गल्लां मुका दे नहीं ते सारी गरीब कौम मुक जानी है क्योंकि इस कौम दी जान गरीबां नूं मारन वाले छड़नी नहीं असी दोवें छड़ देने। आखर च इक तुहानूं गाना सुनावांगे ते इजाजत चाहवांगे। मैं नहीं बोलदी ओ लोको मैं नहीं बोलदी क्योंकि मैं गूंगी हां मैं नहीं बोलदी ओ लोको मैं नहीं बोलदी क्योंकि मैं गूंगी हां। बूटी बाबे तो फैलदी जेड़ी अंदर तक फैल दी। बहुत शुक्रिया अपने मेजबान यासर चांदी को जाने और देखते रहिए डेली पाकिस्तान। अल्लाह हाफिज़।